ਲੋਕੀ ਦੋ ਦੋ ਪਤਾ ਕਿਉਂ ਬਣਾਉਂਦੇ ਆ, ਲੋਕੀ ਮੁੱਕਰ ਜਾਂਦੇ ਮੁੜ ਕੇ, ਮੈਂ ਤੇ ਖਾਧਾ ਹੀ ਕੁਝ ਨਹੀਂ। ਜਦੋਂ ਮੇਰੀ ਵਾਰੀ ਆਈ ਉਦੋਂ ਤੇ ਗੁਲਾਬ ਜਾਮਣ ਮਠਿਆਈ ਮੁੱਕ ਗਈ, ਵਾਂਦਿਆ ਪਲੇਟ ਤੇ ਉਛਲ ਰਹੀ ਤੇਰੀ। ਤਾਂ ਤੁਸੀਂ ਵੇਖਿਓ ਮੂਵੀ ਵਾਲੇ ਐ ਜੂਮ ਕਰ ਕਰਕੇ ਕੱਲਾ ਕੱਲਾ ਰਿਸ਼ਤੇਦਾਰ ਕਵਰ ਕਰਦੇ ਆ, ਮਿਲਣੀ ਵੇਲੇ ਵੀ ਮੁੰਦਰੀ ਪਾਉਣ ਲੱਗੇ ਆ, ਜੂਮ ਕਰਕੇ ਵੀ ਮੁੰਦਰੀ ਕਿੰਨੇ ਤੋਲੇ ਦੀ ਆ, ਕੰਬਲ ਕਿੱਦਾਂ ਦਾ ਦਿੱਤਾ ਹੈ, ਗੱਡੀ ਵੇਲੇ ਚਾਬੀ ਏਦਾਂ। ਹੁਣ ਹੌਲੀ ਹੌਲੀ ਸਿਸਟਮ ਬਣ ਗਿਆ ਨਾ, ਅਗਲੇ ਕਹਿੰਦੇ ਰਿਕਾਰਡ ਰੱਖੋ ਭਾਈ ਆਪਣਾ, ਮੂਵੀ ਸਾਂਭ ਕੇ ਰੱਖੋ, ਪਤਾ ਨਹੀਂ ਅਜੇ ਕੀ ਬਣਨਾ। ਧੀਆਂ ਪੁੱਤ, ਉਹ ਪਹਿਲਾ ਜ਼ਮਾਨਾ ਹੋਰ ਸੀ ਵੀ ਧੀ ਪੁੱਤ ਵਿਆਹ ਤਾਂ ਤੇ ਕੰਮ ਨਿਬੜ ਗਿਆ, ਅੱਜ ਸਮੱਸਿਆ ਉਲਟ ਹੈ, ਅੱਜ ਸੁਭਾਅ ਦੀ ਪ੍ਰੋਬਲਮ ਹੈ। ਅੱਜ ਵੋ ਮੈਨ ਸੈੱਲ ਜਾ ਕੇ ਹਜ਼ਾਰਾਂ ਕੇਸ ਵੇਖੋ, ਜਿੱਥੇ ਅਸੀਂ ਬਾਕੀ ਸਭ ਕੁਝ ਸਿਖਾ ਤਾ, ਅਸੀਂ ਸ਼ਿੰਗਾਰ ਕਰਨਾ ਨਹੀਂ ਸਿਖਾਇਆ, ਕਿਹੜਾ ਭੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ਹਿ ਧਰੇ ਪਿਆਰੋ। ਭੈਕੀਆਂ ਦੇ ਸਲਾਈਆਂ, ਇਹ ਜਿੱਥੇ ਲੜਕੀ ਲਈ ਜ਼ਰੂਰੀ ਉੱਥੇ ਲੜਕੇ ਲਈ ਵੀ ਜ਼ਰੂਰੀ ਹੈ। ਜੇ ਇੱਕ ਮਰਦ ਚਾਹੁੰਦਾ ਹੈ ਵੀ ਮੇਰੀ ਪਤਨੀ ਮੇਰੇ ਮਾਂ ਬਾਪ ਦਾ ਸਤਿਕਾਰ ਕਰੇ, ਤੇ ਔਰਤ ਵੀ ਚਾਹੁੰਦੀ ਹੈ ਜਦੋਂ ਮੇਰਾ ਮਾਂ ਬਾਪ ਆਵੇ ਇਹ ਉਹਨਾਂ ਦਾ ਵੀ ਸਤਿਕਾਰ ਉਹਨਾਂ ਹੀ ਕਰੇ। ਇਹ ਖੂਚ ਜਿੱਦਾਂ ਦੀ ਆਵਾਜ਼ ਮਾਰੋਗੇ। ਅੱਛਾ, ਕਈ ਵਾਰੀ ਨਾ ਬੰਦੇ ਨੂੰ ਇਹ ਲੱਗਦਾ ਆਹ ਨਹੀਂ ਚੰਗੀ, ਇਹ ਛੱਡ ਦੇਣੀ, ਮੈਂ ਹੋਰ ਵਿਆਹ ਲਿਆਉਣੀ। ਉਹਨੂੰ ਲੱਗਦਾ ਆਹ ਨਹੀਂ ਬੰਦਾ ਚੰਗਾ, ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣਾ। ਹੋ ਸਕਦਾ ਉਹ ਉਤੋਂ ਵੀ ਮਾੜਾ ਨਿਕਲੇ, ਹੋ ਸਕਦਾ ਉਹ ਉਤੋਂ ਵੀ ਮਾੜੀ ਨਿਕਲੇ। ਇਹ ਤ੍ਰਿਸ਼ਨਾ ਹੈ ਜ਼ਿੰਦਗੀ ਜੂਣ ਚ ਆਪਣੀ ਜ਼ਿੰਦਗੀ ਨੂੰ। ਮੈਂ ਪਹਿਲਾਂ ਵੀ ਕਈ ਵੀ ਇਹ ਗੱਲਾਂ ਬੋਲੀਆਂ ਕਿ ਇੱਕ ਹੁੰਦਾ ਮਾਂ ਬਾਪ ਰਿਸ਼ਤਾ ਚੁਣਦਾ, ਇੱਕ ਹੁੰਦਾ ਲਵ ਮੈਰਿਜ। ਇੱਥੇ ਤੇ ਕਿਸੇ ਨੂੰ ਉਲਾਮਾ ਨਹੀਂ ਨਾ, ਤੁਸੀਂ ਚੋਣ ਖੁਦ ਕੀਤੀ ਹੈ, ਉੱਥੇ ਵੀ ਨਹੀਂ ਬਣਦੀ, ਪੈਸਾ ਵੀ ਵਾਧੂ ਹੈ, ਹਰ ਇੱਕ ਚੀਜ਼ ਪੂਰੀ ਹੈ, ਸੁਭਾਅ ਦੀ ਪ੍ਰੋਬਲਮ ਹੈ। ਜਿੱਥੇ ਬੰਦਾ ਨੱਕ ਤੇ ਮੱਖੀ ਬਹਿ ਨਹੀਂ ਦਿੰਦਾ, ਕਹਿੰਦਾ ਹੁੰਦਾ ਕੌਣ ਹੈ ਤੂੰ ਮੈਨੂੰ ਕਹਿਣ ਵਾਲਾ। ਪਿਆਰ ਚ ਰਹਿਣਾ ਸਿੱਖੋ, ਪਰਿਵਾਰ ਦੇ ਵਿੱਚ ਸਲੀਕਾ ਤਰੀਕਾ ਸੰਸਕਾਰ ਇਹ ਗੁਣ, ਇਹ ਮੈਂ ਪਹਿਲਾਂ ਵੀ ਦੁਪਹਿਰੇ ਬੇਨਤੀ ਕੀਤੀ ਸੀ, ਬਾਣੀ ਕਿੰਨਾ ਪੜ੍ਹਦਾ ਹੈ ਕਿੰਨੀ ਪੜ੍ਹਦੀ ਹੈ ਇਹ ਕੋਈ ਮੈਟਰ ਨਹੀਂ, ਤੇਰੇ ਜੀਵਨ ਚੋਂ ਵੇਖਿਆ ਜਾਣਾ ਵੀ ਇਹਦਾ ਜੀਵਨ ਕਿੱਦਾਂ ਜਿਉਂਦਾ। ਸ਼ਬਦ ਦੋ ਘੱਟ ਪੜ੍ਹ ਲਓ ਪਰ ਪਰਿਵਾਰਾਂ ਚ ਸਮਾਜ ਵਿੱਚ ਰਹਿਣਾ ਸਿੱਖ ਲਓ, ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ, ਕਿੱਦਾਂ ਸਮਾਜ ਵਿੱਚ ਉਤਰਾਅ ਚੜਾਅ ਆਉਂਦੇ ਨੇ, ਕਿੱਦਾਂ ਪਰਿਵਾਰ ਵਿੱਚ ਨੋਕ ਚੋਕ ਮਾੜੀ ਮੋਟ ਹੁੰਦੀ ਰਹਿੰਦੀ ਹੈ। ਸਾਡੇ ਅਦਾਲਤਾਂ ਤਾਂ ਕੇਸ ਜਾਂਦੇ ਨੇ, ਹਾਸੋਹੀਣਾ ਸਾਡਾ ਸਮਾਜ ਬਣਦਾ ਜਾ ਰਿਹਾ। ਇਹ ਚਾਹੀਦਾ, ਮੈਂ ਕਹਿੰਦਾ ਸ਼ਹਿਰਾਂ ਚ ਪੰਜ ਪੰਜ ਦਸ ਦਸ ਵੀਹ ਵੀਹ ਤੀਹ ਤੀਹ ਬੰਦਿਆਂ ਦੀ ਕਮੇਟੀ ਬਣਨੀ ਚਾਹੀਦੀ ਹੈ, ਜਿੱਥੇ ਕੋਈ ਇੱਦਾਂ ਦਾ ਕੇਸ ਵਾਪਰੇ ਦੋਵਾਂ ਪਰਿਵਾਰਾਂ ਨੂੰ ਬਿਠਾ ਕੇ ਮਸਲਾ ਹੱਲ ਕੀਤਾ ਜਾਏ, ਅਦਾਲਤ ਵਿੱਚ ਜਾ ਕੇ ਸਾਡੀਆਂ ਇਹ ਪਰਿਵਾਰ ਨਾ ਰੋਲਣ, ਇਹ ਲੋੜ ਹੈ ਸਾਨੂੰ ਇਸ ਬੰਨੇ। ਪਰ ਅੱਜ ਬੰਦਾ ਕਹਿੰਦਾ ਮੈਨੂੰ ਕੀ, ਮੈਂ ਕਿਸੇ ਦੇ ਘਰ ਜਾ ਕੇ ਦਖਲ ਕਿਉਂ ਦੇਵਾਂ। ਗੁਰੂ ਸਾਹਿਬ ਕਹਿੰਦਾ ਸੀ ਨਹੀਂ, ਏਦਾਂ ਆਪਣੇ ਪਰਿਵਾਰਾਂ 'ਚ ਬੈਠ ਕੇ ਵਿਚਾਰ ਚਰਚਾ ਕਰੋ, ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਇਹ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਕਿਸੇ ਦੇ ਘਰ ਘਟਨਾ ਵਾਪਰਦੀ ਹੈ ਤੇ ਤਾੜੀਆਂ ਮਾਰਦੇ ਆ ਬਾਣੀਆਂ ਦੀ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਇਹ ਪਿਆਰਿਆ ਜੀ ਅੱਗ ਲੱਗੀ ਹੋਵੇ ਦੂਰੋਂ ਬੁਝਾਇਆ, ਨਹੀਂ ਤੇ ਘਰ ਨੂੰ ਸੇਕ ਤੁਰਿਆ ਆਉਂਦਾ ਹੈ। ਕੰਟਰੋਲ ਕਰਨਾ ਸਿੱਖ, ਸਮਾਜ ਵਿੱਚ ਜ਼ਿੰਦਗੀ ਜਿਉਣਾ ਸਿੱਖੀਏ। ਲੋਜ ਸਿੱਖ ਦਾ ਅਰਥ ਕੀ ਹੈ ਜੀ? ਸਿੱਖਿਆ ਲੈਣ ਵਾਲਾ, ਹਰ ਦਿਨ ਸਾਡੇ ਲਈ ਸਿੱਖਿਆ ਲੈ ਕੇ ਆਉਂਦਾ, ਹਰ ਘੜੀ ਹਰ ਪਲ। ਆਪਣੇ ਪੁੱਤਰਾਂ ਨੂੰ ਵੀ ਸਮਝਾਓ ਤੇ ਧੀਆਂ ਨੂੰ ਵੀ ਸਮਝਾਓ। ਪੁੱਤਰ ਨਾ, ਪੁਰਾਣਾ ਸਮਾਂ ਹੁੰਦਾ ਸੀ ਧੀਆਂ ਨੂੰ ਇੱਕ ਸਿੱਖਿਆ ਦੇ ਕੇ ਤੋਰਿਆ ਜਾਂਦਾ ਸੀ, ਕੀ ਭਲਾ ਵੀ ਪੁੱਤਰ ਤੇਰੇ ਘਰ ਜੋ ਘਟਨਾ ਵਾਪਰ ਗਈ, ਮੰਨ ਲਓ ਤੈਨੂੰ ਸੱਸ ਨੇ ਕੁਝ ਕਹਿਤਾ, ਮੈਨੂੰ ਨਾ ਦੱਸੀ, ਕਿਉਂ ਕੱਲ ਨੂੰ ਤੁਸਾਂ ਮਾਵਾਂ ਧੀਆਂ ਨੇ ਉੱਦਾਂ ਰਹਿਣਾ, ਸਾਡਾ ਕੁੜਮਣੀਆਂ 'ਚ ਫਿੱਕ ਪਊ,